ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਸੋ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਜਿਉਂਦੇ ਜੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਜ਼ਿਲ੍ਹਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ DSP ਸਰਦਾਰ ਗੁਰਮੇਲ ਸਿੰਘ ਜੀ ਪਹੁੰਚੇ ਸਨ, ਡਾਕਟਰ ਨਿਤਿਨ ਸ਼ਰਮਾ ਜੀ ਪਹੁੰਚੇ ਸਨ ਪਿੰਡ ਹਲਵੀ ਡਿਸਟ੍ਰਿਕਟ ਕੁਰਕਸ਼ੇਤਰ ਦੇ ਵਿੱਚ। ਇਹ ਪ੍ਰੋਗਰਾਮ ਜਿਹੜਾ ਹੈ 25 ਅਪ੍ਰੈਲ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਗਿਆ ਸੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡਾ ਮਕਸਦ ਹੈ ਗੁਰਮਤਿ ਐਜੂਕੇਸ਼ਨ ਸੁਸਾਇਟੀ USA ਦਾ ਕਿ ਸਾਡੀ ਜਿਹੜੀ ਕੌਮ ਹੈ ਬੱਚੇ ਚੰਗੇ IPS ਬਣਨ, ਚੰਗੇ ਡਾਕਟਰ ਬਣਨ, ਚੰਗੇ ਐਡਵੋਕੇਟ ਬਣਨ ਤੇ ਹੁਣ ਉਹ ਚੰਗੇ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਰੋਸ਼ਨੀ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਆ ਇਹ ਕਾਰਜ ਕਰਨ ਦਾ ਯਤਨ ਕਰ ਰਹੇ ਹਾਂ। ਗੁਰਮਤਿ ਐਜੂਕੇਸ਼ਨ ਸੁਸਾਇਟੀ USA ਜਿੱਥੇ ਲੋੜਵੰਦ ਬੱਚਿਆਂ ਦੀ ਫੀਸਾਂ ਭਰ ਰਹੀ ਹੈ ਔਰ ਬਹੁਤ ਸਾਰੇ ਸਮਾਜ ਧਾਰੇ ਕੰਮ ਕਰ ਰਹੀ ਹੈ, ਉੱਥੇ ਹਰੇਕ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਬੱਚਿਆਂ ਦੇ ਨਾਲ ਜਿਹੜਾ ਹੈ ਇਹ ਮਨਾਉਣ ਦਾ ਯਤਨ ਕਰ ਰਹੇ ਹਾਂ। ਸੋ ਵੀਰ ਸੁਚੈਨ ਸਿੰਘ ਤੇ ਵੀਰ ਪਰਵਿੰਦਰ ਸਿੰਘ ਇਹਨਾਂ ਸਮੁੱਚੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫਤਿਹ ਮਨਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।